वाहिगुरु जी का खालसा, वाहिगुरु जी की फतेह। इस एपीसोड विच असीं सुणांगे हरिमंदर साहिब ते सिख गुरु साहिबान। 10 गुरु साहिबान विचों 8 दा हरिमंदर साहिब सरोवर साहिब जां उस जगह नाल जिथे इह पवित्र तीर्थ बने हन किसी ना किसी रूप विच सिद्धा ते नेड़ दा संबंध रहा है। कहिंदे हन गुरु नानक सच्चे पातशाह 1502 ईस्वी विच भाई मरदाने नाल इस स्थान ते आए ते इस नूं बड़ा पाक पवित्र स्थान कहा। यह सुन के नाल लगते पिंड का जिमीदार भाई तारा अपने घरों देसी घ्यो का प्रसाद बना के ले आया, जिसनों छक के भाई मरदाने ने कहा कि यह तो अमृत भोजन है। इस दे उत्तर विच गुरु जी ने बख्शिश रूप विच फरमान किया कि इत्थे हमेशा इहो जिहा अमृत प्रसाद ही वंडिया जाता रहेगा। सहज सुभाए अजिहे शब्द उचार के सतगुरां ने हरिमंदर साहब की अध्यात्मक रूप विच नींह राखी दिती। इस तो मगरों 1532 ईस्वी विच गुरु साहिब भाई लहणा जी नाल आ के उस छपड़ी दे कंडे बैठे जिथे अज सरोवर अते हरिमंदर साहिब सुभायमान हन, अते इस स्थान की महत्ता बारे भविष्यवाणी की। इसे स्थान ते उन्हां दा मेल बाबा बुढ़ा जी नाल भी होया। तीजे पातशाह ने दूजे सतगुरां पासों इस ढाब की महिमा सुनी तो अपने संकल्प विच इस पवित्र स्थान नूं सिफती दा घर कह के इस दी सिरजना विच अपणियां असीसां संजो दित्तियां। ਉਹ ਕਈ ਵਾਰੀ ਇਸ ਥਾਂ 'ਤੇ ਪਧਾਰੇ ਅਤੇ ਅਭਿਲਾਸ਼ੀ ਪੁਰਸ਼ਾਂ ਨੂੰ ਅਧਿਆਤਮਿਕ ਸੰਦੇਸ਼ ਅਤੇ ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕਰਦੇ ਰਹੇ। ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਹੀ ਇਸ ਸਥਾਨ 'ਤੇ ਅੰਮ੍ਰਿਤ ਸਰੋਵਰ ਬਣਵਾਉਣ ਅਤੇ ਨਗਰ ਵਸਾਉਣ ਲਈ ਭੇਜਿਆ। ਇਸ ਤਰ੍ਹਾਂ ਭਾਈ ਜੇਠਾ ਜੀ ਨੇ ਜੋ ਮਗਰੋਂ ਚੌਥੇ ਗੁਰੂ ਥਾਪੇ ਜਾਣ ਅਤੇ ਗੁਰੂ ਰਾਮਦਾਸ ਪਾਤਸ਼ਾਹ ਅਖਵਾਏ, ਨੇ ਤਾਂ ਆਪਣੇ ਹੱਥੀਂ ਸਰੋਵਰ ਸਾਹਿਬ ਦੀ ਸੇਵਾ ਕਰਕੇ ਇਸ ਦੇ ਕਣ ਕਣ ਵਿੱਚ ਅੰਮ੍ਰਿਤਾ ਭਰ ਦਿੱਤੀ। ਇਵੇਂ ਹੀ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਨਿਰਮਾਣ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਇਸ ਨੂੰ ਸੰਪੂਰਨ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖੀ ਨੂੰ ਕਈ ਨਵੀਆਂ ਦਿਸ਼ਾਵਾਂ ਦੇਣੀਆਂ ਸਨ। ਉਹਨਾਂ ਨੇ ਹਰਿਮੰਦਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਆਬਾਦ ਕਰਵਾ ਕੇ ਸਿੱਖਾਂ ਨੂੰ ਅਹਿਲੇ ਮੁਕਾਮ ਬਣਾਇਆ, ਜਿੱਥੇ ਵੱਸ ਕੇ ਸਿੱਖ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਬਿਤਾ ਸਕਣ ਅਤੇ ਇੱਕ ਥਾਂ 'ਤੇ ਇਕੱਠੇ ਰਹਿ ਕੇ ਜਥੇਬੰਦਕ ਰੂਪ ਵਿੱਚ ਵਧੇਰੇ ਸ਼ਕਤੀ ਦੇ ਮਾਲਕ ਬਣ ਸਕਣ। ਉਹਨਾਂ ਨੇ ਆਮ ਮਨੁੱਖ ਨੂੰ ਅਕਾਲ ਪੁਰਖ ਦੇ ਪਿਆਰ ਕਲਾਵੇ ਵਿੱਚ ਲਿਆਉਣ ਲਈ ਸਰਲ ਪੰਜਾਬੀ ਭਾਸ਼ਾ ਵਿੱਚ ਵੱਡੀ ਮਾਤਰਾ ਵਿੱਚ ਇਲਾਹੀ ਬਾਣੀ ਰਚੀ, ਜਿਸ ਦੇ 2218 ਸ਼ਬਦ ਹਨ। ਇਸ ਤਰ੍ਹਾਂ ਸਿੱਖ ਇੱਕ ਸ਼ਕਤੀਸ਼ਾਲੀ ਦੇਸੀ ਭਾਸ਼ਾ ਨਾਲ ਜੁੜ ਗਏ, ਜੋ ਉਹਨਾਂ ਦੀ ਆਪਣੀ ਬੋਲਚਾਲ ਦੀ ਭਾਸ਼ਾ ਹੋਣ ਕਾਰਨ ਉਸ ਵਿੱਚ ਰਚੀ ਇਲਾਹੀ ਬਾਣੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆਉਣ ਲੱਗ ਪਈ। ਐਵੇਂ ਆਪਣੇ ਧਾਰਮਿਕ ਕੰਮਾਂ ਕਾਜਾਂ ਲਈ ਸੰਸਕ੍ਰਿਤ ਰੂਪੀ ਪੰਡਤਾਓ ਭਾਸ਼ਾ ਨਾਲੋਂ ਆਮ ਮਨੁੱਖ ਦਾ ਨਾਤਾ ਟੁੱਟ ਜਾ ਗਿਆ, ਕਿਉਂਕਿ ਉਹਨਾਂ ਦੀਆਂ ਅਜਿਹੀਆਂ ਲੋੜਾਂ ਹੁਣ ਉਹਨਾਂ ਦੀ ਮਾਂ ਬੋਲੀ ਪੰਜਾਬੀ ਹੀ ਪੂਰੀ ਕਰਨ ਲੱਗ ਪਈ। ਐਵੇਂ ਪੰਜਾਬ ਵਾਸੀਆਂ ਨੂੰ ਪੰਚਮ ਪਿਤਾ ਨੇ ਅਹਿਲੇ ਜ਼ਬਾਨ ਬਣਾ ਕੇ ਅਥਾਹ ਸ਼ਕਤੀ ਪ੍ਰਦਾਨ ਕੀਤੀ, ਜਿਸ ਨੇ ਉਹਨਾਂ ਦਾ ਸਮਾਜਿਕ ਮਾਣ ਵੀ ਵਧਾਇਆ। ਫਿਰ ਜਦ 1601 ਈਸਵੀ ਵਿੱਚ ਹਰਿਮੰਦਰ ਸਾਹਿਬ ਦੀ ਸਿਰਜਣਾ ਸੰਪੂਰਨ ਹੋਈ ਤਾਂ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪ੍ਰਾਰੰਭ ਕਰ ਦਿੱਤਾ ਅਤੇ 1 ਸਤੰਬਰ 1604 ਈਸਵੀ ਨੂੰ ਆਦਿ ਗ੍ਰੰਥ ਨੂੰ ਗੁਰੂ ਦਰਬਾਰ ਸਾਹਿਬ ਵਿੱਚ ਬਿਰਾਜਮਾਨ ਕਰਨ ਦਾ ਸ਼ਗਨਾ ਭਰਪੂਰ ਕਾਰਜ ਸੰਪੰਨ ਹੋਇਆ। ਜਦ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਕੇ ਪ੍ਰਥਮ ਹੁਕਮਨਾਮਾ ਲਿਆ ਗਿਆ ਤਾਂ ਹਰਿਮੰਦਰ ਸਾਹਿਬ ਦੀ ਸਾਰੀ ਫਿਜ਼ਾ ਸਤਨਾਮ ਵਾਹਿਗੁਰੂ ਦੇ ਪਵਿੱਤਰ ਉਚਾਰਨ ਨਾਲ ਰਤੀ ਜਿਹੀ ਗਈ। ਆਦਿ ਗ੍ਰੰਥ ਸਾਹਿਬ ਦਾ ਵਰਦਾਨ ਪ੍ਰਾਪਤ ਕਰਕੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸਿੱਖ ਅਹਿਲੇ ਗ੍ਰੰਥ ਬਣ ਗਏ। ਐਵੇਂ ਸ਼ਬਦ ਗੁਰੂ ਦੇ ਪ੍ਰਗਟ ਹੋਣ ਦਾ ਅਮਲ ਪ੍ਰਾਰੰਭ ਹੋ ਗਿਆ, ਜੋ 1 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਾਂਦੇੜ ਵਿਖੇ ਜੋਤੀ ਜੋਤ ਸਮਾਉਣ ਲੱਗਿਆ ਆਦਿ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਦੇ ਰੂਪ ਵਿੱਚ ਗੁਰਗੱਦੀ ਪ੍ਰਦਾਨ ਕਰਨ ਨਾਲ ਸਿੱਖ ਸੰਗਤਾਂ ਵੱਲੋਂ ਸ਼ਰਧਾ ਸੁਮਨ ਅਰਪਿਤ ਕਰਦੇ ਸੰਪੰਨ ਹੋਇਆ। ਸਾਰੇ ਕਾਰਜ ਵਿੱਚ ਗੁਰੂ ਜੋਤਾਂ ਅਤੇ ਉਹਨਾਂ ਦੇ ਸਰੂਪ ਵਿੱਚ ਅਕਾਲ ਪੁਰਖ ਦੀ ਸੁਦ੍ਰਿੜ ਕਿਰਿਆ ਕਰਮਸ਼ੀਲ ਰਹੀ। ਗੁਰੂ ਅਰਜਨ ਦੇਵ ਜੀ ਜਦ ਹਰਿਮੰਦਰ ਸਾਹਿਬ ਨਿਰਮਾਣ ਦੀ ਸੇਵਾ ਕਰਵਾ ਰਹੇ ਸਨ, ਉਹ ਇਹ ਵੇਖ ਕੇ ਬਹੁਤ ਪ੍ਰਸੰਨ ਹੋਏ ਕਿ ਅਕਾਲ ਪੁਰਖ ਖੁਦ ਮਨੁੱਖ ਦੇ ਸਰੂਪ ਵਿੱਚ ਹਰ ਕੀ ਪੌੜੀ ਦੇ ਅਸਥਾਨ 'ਤੇ ਟੋਕਰੀ ਸਿਰ 'ਤੇ ਚੁੱਕੀ ਇਸ ਪੁਨੀਤ ਅਸਥਾਨ ਦੀ ਸੇਵਾ ਵਿੱਚ ਜੁਟੇ ਹੋਏ ਸਨ। ਇਸ ਅਗੰਮੀ ਕੌਤਕ ਨੂੰ ਗੁਰੂ ਸਾਹਿਬ ਨੇ ਆਪਣੇ ਇੱਕ ਸ਼ਬਦ ਵਿੱਚ ਮੂਰਤੀਮਾਨ ਕੀਤਾ ਹੈ, ਜਿਸ ਨੂੰ ਸੂਹੀ ਰਾਗ ਵਿੱਚ ਕਲਮੀ ਰੂਪ ਦਿੱਤਾ ਗਿਆ ਹੈ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਹਰਿਮੰਦਰ ਸਾਹਿਬ 'ਤੇ ਇਸ ਦੀ ਪਵਿੱਤਰ ਭੂਮੀ ਨਾਲ ਜਿੱਥੇ 8 ਗੁਰੂ ਸਾਹਿਬਾਨ ਸਿੱਧੇ ਤੌਰ 'ਤੇ ਸੰਬੰਧਿਤ ਰਹੇ ਹਨ, ਉੱਥੇ ਅਕਾਲ ਪੁਰਖ ਨੇ ਵੀ ਹਰਿਮੰਦਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਇਵੇਂ ਇਸ ਨੂੰ ਵਿਸ਼ਵ ਭਰ ਦਾ ਸਭ ਨਾਲ ਮਹੱਤਵਪੂਰਨ ਅਸਥਾਨ ਹੋਣ ਦਾ ਸੁਭਾਗਾ ਮਾਣ ਬਖਸ਼ਿਆ ਹੈ। ਹਰਿਮੰਦਰ ਤਾਂ ਧਰਤੀ 'ਤੇ ਸੱਚਖੰਡ ਜਾਂ ਬੈਕੁੰਠ ਦੇ ਰੂਪ ਵਿੱਚ ਉਤਰਿਆ ਹੈ। ਭੱਟਾ ਨੇ ਆਪਣੇ ਸਵਈਆਂ ਵਿੱਚ ਇਸ ਗੱਲ ਦੇ ਹਵਾਲੇ ਦੇ ਕੇ ਖੁਸ਼ੀ ਪ੍ਰਗਟਾਈ ਹੈ ਕਿ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਜੋਤ ਹਰਿਮੰਦਰ ਪਰਿਸਰ ਵਿੱਚ ਹਰ ਸਮੇਂ ਵਿਦਮਾਨ ਹੈ ਅਤੇ ਇਸ ਅਸਥਾਨ ਨੂੰ ਆਪਣੇ ਪੁਨੀਤ ਵਰਦਾਨਾਂ ਨਾਲ ਨਿਰੰਤਰ ਮਾਲਾਮਾਲ ਕਰ ਰਹੀ ਹੈ।
ਗੁਰੂ ਹਰਗੋਬਿੰਦ ਸਾਹਿਬ ਦੀ ਹਰਿਮੰਦਰ ਸਾਹਿਬ ਪ੍ਰਤੀ ਅਸੀਮ ਸ਼ਰਧਾ ਇਸ ਗੱਲ ਤੋਂ ਭਲੀ ਭਾਂਤ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਵੀ ਉਹਨਾਂ ਦੇ ਨਾਂ ਦੀ ਚੌਂਕੀ ਸ਼ਬਦ ਗਾਉਂਦੀ ਗਾਉਂਦੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਹੈ ਜੋ ਉਹਨਾਂ ਦੇ ਜੀਵਨ ਕਾਲ ਵਿੱਚ ਪ੍ਰਾਰੰਭ ਕੀਤੀ ਗਈ ਸੀ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਅਧਿਆਤਮਿਕ ਰੋਲ ਨੂੰ ਸਤਿਕਾਰਦਿਆਂ ਹੋਇਆ ਉਸ ਮਰਿਆਦਾ ਨੂੰ ਉਵੇਂ ਜਿਵੇਂ ਹੀ ਬਣਿਆ ਰਹਿਣ ਦਿੱਤਾ, ਪਰ ਪੀਰੀ ਦੇ ਨਾਲ ਮੀਰੀ ਜਾਂ ਭਗਤੀ ਦੇ ਨਾਲ ਸ਼ਕਤੀ ਦਾ ਸਿੱਖ ਕੌਮ ਵਿੱਚ ਸੰਚਾਰ ਕਰਨ ਦੇ ਮਨੋਰਥ ਨਾਲ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਕਰਵਾਇਆ, ਜਿਸ ਨਾਲ ਹਰਿਮੰਦਰ ਸਾਹਿਬ ਦੀ ਮਹੱਤਤਾ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਹੋਰ ਵਿਸ਼ੇਸ਼ ਅਤੇ ਗੌਰਵਮਈ ਹੋ ਗਈ। ਦਰਬਾਰ ਸਾਹਿਬ ਮਨੁੱਖੀ ਮਨ ਨੂੰ ਜੋਤ ਸਰੂਪ ਨਾਲ ਜੋੜਨ ਲਈ ਉਪਦੇਸ਼ ਦੇਣ ਲੱਗ ਪਿਆ ਅਤੇ ਅਕਾਲ ਤਖ਼ਤ ਗੁਰਸਿੱਖੀ ਸ਼ਾਨ ਨੂੰ ਹੋਰ ਤੇਜਸਵੀ ਬਣਾਉਣ ਲਈ ਉਪਦੇਸ਼ਾਂ 'ਤੇ ਅਮਲ ਕਰਨ ਹਿੱਤ ਅਗਵਾਈ ਬਖਸ਼ਣ ਲੱਗ ਪਿਆ। ਆਪਣੇ ਯੋਧੇ ਬਲਕਾਰੀ ਦਾਦਾ ਜੀ ਨਾਲ ਪੱਕੇ ਤੌਰ 'ਤੇ ਕੀਰਤਪੁਰ ਜਾਣ ਤੋਂ ਪਹਿਲਾਂ ਸੱਤਵੇਂ ਪਿਤਾ ਗੁਰੂ ਹਰਿਰਾਏ ਸਾਹਿਬ ਨੇ ਵੀ ਹਰਿਮੰਦਰ ਪਰਿਸਰ ਨੂੰ ਆਪਣੇ ਪਿਆਰ ਨਾਲ ਨਿਹਾਰਿਆ ਅਤੇ ਸਿੱਖ ਜਗਤ ਵਿੱਚ ਇਸ ਤੀਰਥ ਦਾ ਮਾਣ ਵਧਾਇਆ। ਸੰਗਤਾਂ ਦੀ ਵਿਸ਼ੇਸ਼ ਬੇਨਤੀ 'ਤੇ ਉਹ 1651 ਈਸਵੀ ਨੂੰ ਦੀਵਾਲੀ 'ਤੇ ਕੁਝ ਸਮੇਂ ਲਈ ਕੀਰਤਪੁਰ ਸਾਹਿਬ ਤੋਂ ਹਰਿਮੰਦਰ ਸਾਹਿਬ ਪਧਾਰੇ। ਗੁਰੂ ਹਰਿਕ੍ਰਿਸ਼ਨ ਸਾਹਿਬ ਬਹੁਤ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ। ਉਹਨਾਂ ਦਾ ਬਹੁਤਾ ਸਮਾਂ ਦਿੱਲੀ ਵਿੱਚ ਹੀ ਲੰਘਿਆ, ਜਿਸ ਕਰਕੇ ਉਹ ਹਰਿਮੰਦਰ ਸਾਹਿਬ ਨਾਲ ਆਪਣਾ ਸਰੀਰਕ ਨਾਤਾ ਨਾ ਜੋੜ ਸਕੇ। ਗੁਰੂ ਤੇਗ ਬਹਾਦਰ ਜੋ ਹਿੰਦ ਦੀ ਚਾਦਰ ਕਰਕੇ ਵਿਸ਼ਵ ਵਿੱਚ ਪ੍ਰਸਿੱਧ ਹਨ, ਅੰਮ੍ਰਿਤਸਰ ਵਿਖੇ ਹੀ ਪੈਦਾ ਹੋਏ, ਇਸ ਲਈ ਉਹਨਾਂ ਦਾ ਬਚਪਨ ਹਰਿਮੰਦਰ ਪਰਿਸਰ ਨਾਲ ਓਤ ਪੋਤ ਰਿਹਾ। ਪਰ ਉਹਨਾਂ ਦੇ ਸਪੁੱਤਰ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਵਿੱਚ ਅਵਤਾਰ ਧਾਰਿਆ, ਛੋਟੀ ਉਮਰੇ ਅਨੰਦਪੁਰ ਸਾਹਿਬ ਆ ਗਏ। 9 ਸਾਲ ਦੀ ਆਯੂ ਵਿੱਚ ਉਹਨਾਂ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਅਨਿਆਂ ਅਤੇ ਜ਼ੁਲਮ ਵਿਰੁੱਧ ਸ਼ਹਾਦਤ ਦਿੱਤੀ, ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਦੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਹ ਜੰਗਲਾਂ ਪਹਾੜਾਂ ਵਿੱਚ ਆਪਣੇ ਸਿੱਖਾਂ ਨੂੰ ਯੁੱਧ ਕਰਤੱਵਾਂ ਵਿੱਚ ਨਿਪੁੰਨ ਕਰਨ ਵਿੱਚ ਲੱਗ ਗਏ, ਪਰ ਕਈ ਜਗ੍ਹਾ ਉਹਨਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਵਿਰੁੱਧ ਲੜਾਈਆਂ ਲੜੀਆਂ। ਅੰਤ ਅਨੰਦਪੁਰ ਸਾਹਿਬ ਨੂੰ ਛੱਡ ਕੇ 640 ਕਿਲੋਮੀਟਰ ਦਾ ਬਿਖੜਾ ਪੈਂਡਾ ਸਰ ਕਰਦੇ ਹੋਏ ਮੁਕਤਸਰ ਤੱਕ ਪਹੁੰਚੇ, ਜਿੱਥੇ 40 ਮੁਕਤੇ ਸ਼ਹੀਦ ਹੋਏ। ਦੀਨਾ ਕਾਂਗੜ ਵਿਖੇ ਗੁਰੂ ਸਾਹਿਬ ਨੇ ਕੁਝ ਦੇਰ ਵਿਸ਼ਰਾਮ ਕੀਤਾ। ਧੀਰ ਮਲੀਆਂ ਤੋਂ ਆਦਿ ਗ੍ਰੰਥ ਸਾਹਿਬ ਦੀ ਬੀੜ ਮੰਗਵਾ ਭੇਜੀ, ਜੋ ਉਹਨਾਂ ਨੇ ਨਾ ਦਿੱਤੀ, ਜਿਸ ਕਰਕੇ ਉਹਨਾਂ ਆਪਣੀ ਦਿਵ ਦ੍ਰਿਸ਼ਟੀ ਸਦਕਾ ਸਾਰੀ ਬੀੜ ਦੁਬਾਰਾ ਲਿਖਵਾਈ, ਜਿਸ ਦਾ ਨਾਮ ਦਮਦਮੀ ਬੀੜ ਰੱਖਿਆ ਗਿਆ। ਇੱਥੋਂ ਗੁਰੂ ਸਾਹਿਬ ਪੰਜਾਬ ਨੂੰ ਸਦਾ ਲਈ ਅਲਵਿਦਾ ਕਹਿ ਕੇ ਨਾਂਦੇੜ ਚਲੇ ਗਏ, ਜਿੱਥੇ ਉਹ 42 ਸਾਲ ਦੀ ਉਮਰ ਵਿੱਚ 8 ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾਏ ਅਤੇ ਆਪਣੀ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ ਵਲੀਨ ਕਰ ਗਏ। ਇਵੇਂ 10ਵੇਂ ਪਿਤਾ ਜੀ ਨੂੰ ਵੀ ਹਰਿਮੰਦਰ ਸਾਹਿਬ ਪਧਾਰਨ ਦਾ ਅਵਸਰ ਨਹੀਂ ਮਿਲਿਆ, ਪਰ 1699 ਈਸਵੀ ਵਿੱਚ ਅੰਮ੍ਰਿਤਸਰ ਦੀਆਂ ਸੰਗਤਾਂ ਦੀ ਬੇਨਤੀ 'ਤੇ ਹਰਿਮੰਦਰ ਸਾਹਿਬ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਹਰਿਮੰਦਰ ਸਾਹਿਬ ਦੀ ਆਬਾ ਨੂੰ ਦੇਖਦਿਆਂ ਹੋਇਆ ਉੱਥੇ ਗੁਰਸਿੱਖੀ ਮਰਿਆਦਾ ਅਨੁਸਾਰ ਕਾਰਜ ਵਿਧੀ ਚਲਾਉਣ ਲਈ ਗੁਰੂ ਸਾਹਿਬ ਨੇ ਆਪਣੇ ਅਨੰਨ ਸਿੱਖ ਭਾਈ ਮਨੀ ਸਿੰਘ ਜੀ ਨੂੰ ਉਸੇ ਸਾਲ ਹਰਿਮੰਦਰ ਸਾਹਿਬ ਦਾ ਇੰਚਾਰਜ ਥਾਪ ਕੇ ਅੰਮ੍ਰਿਤਸਰ ਭੇਜਿਆ, ਜੋ ਹਰ ਮਾਮਲੇ ਵਿੱਚ ਗੁਰੂ ਸਾਹਿਬ ਤੋਂ ਪੂਰੀ ਪੂਰੀ ਅਗਵਾਈ ਲੈਂਦੇ ਰਹੇ। ਭਾਵੇਂ 8ਵੇਂ ਅਤੇ 10ਵੇਂ ਦੋ ਗੁਰੂ ਸਾਹਿਬਾਨ ਨਿੱਜੀ ਰੂਪ ਵਿੱਚ ਦਰਬਾਰ ਸਾਹਿਬ ਨਾ ਪਧਾਰ ਸਕੇ, ਪਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ 10 ਗੁਰੂ ਸਾਹਿਬਾਨ ਦੀ ਪਵਿੱਤਰ ਜੋਤ ਹਰਿਮੰਦਰ ਸਾਹਿਬ ਵਿੱਚ ਨਿਰੰਤਰ ਰੂਪ ਵਿੱਚ ਹਰ ਸਮੇਂ ਬਿਰਾਜਮਾਨ ਹੈ ਅਤੇ ਜਦ ਤੱਕ ਦੁਨੀਆ ਕਾਇਮ ਰਹੇਗੀ ਮਾਨਵ ਸਮਾਜ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਹਨਾਂ ਦੇ ਖੁੱਲ੍ਹ ਕੇ ਦਰਸ਼ਨ ਕਰਦਾ ਰਹੇਗਾ ਅਤੇ ਕਰਦਾ ਹੀ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।